ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਇੱਕ ਬਿਊਟੀ ਸੈਲੂਨ ਤੇ ਸਪਾ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਣ ਵਾਲੀਆਂ ਮੇਨ ਮੇਨ ਸਰਵਿਸਿਜ਼ ਦੀ ਜੋ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਪੂਲਰ ਹੈ ਅਤੇ ਲੋਕਾਂ ਵੱਲੋਂ ਪਸੰਦ ਕੀਤੀਆਂ ਜਾ ਰਹੀਆਂ ਅਤੇ ਲੋਕ ਬਾਰ ਬਾਰ ਇਹਨਾਂ ਸਰਵਿਸਿਜ਼ ਨੂੰ ਲੈਣ ਲਈ ਸੈਲੂਨਸ ਦੇ ਵਿੱਚ ਵਿਜ਼ਿਟ ਕਰਦੇ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਹੇਅਰ ਸਰਵਿਸਿਜ਼ ਦੀ ਜੋ ਹੇਅਰ ਦੇ ਨਾਲ ਰਿਲੇਟਡ ਸਰਵਿਸਿਜ਼ ਹੈ ਸੈਲੂਨਸ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹ ਕਿਹੜੀਆਂ ਕਿਹੜੀਆਂ ਸਰਵਿਸਿਜ਼ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਹੈੱਡ ਮਸਾਜ ਹੈੱਡ ਮਸਾਜ ਇੱਕ ਅਜਿਹੀ ਸਰਵਿਸ ਹੈ ਜੋ ਕਿ ਵਾਲਾਂ ਨੂੰ ਮਾਲਿਸ਼ ਕਰਨ ਦੇ ਲਈ ਪ੍ਰੋਵਾਈਡ ਕੀਤੀ ਜਾਂਦੀ ਹੈ ਜਦੋਂ ਕਲਾਇੰਟਸ ਇੱਕ ਸੈਲੂਨ ਦੇ ਵਿੱਚ ਆਪਣੇ ਹੇਅਰ ਦੇ ਟ੍ਰੀਟਮੈਂਟ ਲਈ ਆਉਂਦੇ ਆ ਹੈੱਡ ਮਸਾਜ ਦੇ ਲਈ ਆਉਂਦੇ ਆ ਤਾਂ ਓਇਲ ਦੇ ਨਾਲ ਓਇਲ ਡਿਫਰੈਂਟ ਟਾਈਪ ਦੇ ਓਇਲਸ ਦੇ ਨਾਲ ਜਿਹੜੀ ਹੈ ਹੈੱਡ ਮਸਾਜ ਪ੍ਰੋਵਾਈਡ ਕੀਤੀ ਜਾਂਦੀ ਹੈ ਹੈੱਡ ਮਸਾਜ ਦੀ ਸਰਵਿਸ ਦਿੱਤੀ ਜਾਂਦੀ ਹੈ ਕਲਾਇੰਟਸ ਨੂੰ ਅਤੇ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਲਾਇੰਟ ਨੂੰ ਇਸ ਦੇ ਨਾਲ ਬਹੁਤ ਰੈਸਟ ਫੀਲ ਹੋਵੇ ਰੈਸਟਨੈਸ ਫੀਲ ਹੋਵੇ ਅਤੇ ਇੰਜੋਏ ਕਰੇ ਅਤੇ ਉਹ ਜਿਹੜਾ ਟਾਈਮ ਆਪਣੀ ਰਿਲੈਕਸੇਸ਼ਨ ਦੇ ਲਈ ਸੈਲੂਨ ਦੇ ਵਿੱਚ ਆਇਆ ਉਹ ਉਸਦਾ ਟਾਈਮ ਪੂਰਾ ਕੋਸਟ ਕਰਕੇ ਜਾਵੇ ਉਸਨੂੰ ਨੰਬਰ 2 'ਤੇ ਸਰਵਿਸ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਹੇਅਰ ਦੇ ਵਿੱਚ ਉਹ ਹੈ ਹੇਅਰ ਸਪਾ ਹੇਅਰ ਸਪਾ ਵੀ ਇੱਕ ਅਜਿਹੀ ਹੀ ਸਰਵਿਸ ਹੈ ਜਿਹੜੀ ਕਲਾਇੰਟ ਨੂੰ ਪੂਰੀ ਰਿਲੈਕਸੇਸ਼ਨ ਦੇਣ ਦੇ ਲਈ ਪ੍ਰੋਵਾਈਡ ਕੀਤੀ ਜਾਂਦੀ ਹੈ ਇਹ ਸਰਵਿਸ ਅੱਜ ਕੱਲ੍ਹ ਸਪਾ ਜਿਹੜਾ ਹੈ ਬਹੁਤ ਹੀ ਜ਼ਿਆਦਾ ਫੈਸ਼ਨ ਦੇ ਵਿੱਚ ਹੈ ਟ੍ਰੈਂਡ ਦੇ ਵਿੱਚ ਸਪਾ ਦਾ ਕੀ ਮਤਲਬ ਹੁੰਦਾ ਹੈ ਸਪਾ ਦਾ ਮਤਲਬ ਹੁੰਦਾ ਸੋਨਾ ਪਰ ਐਕੁਆ ਵੈਸੇ ਤਾਂ ਸਪਾ ਦਾ ਮਤਲਬ ਇਹ ਹੈ ਸੋਨਾ ਪਰ ਐਕੁਆ ਮੀਨਸ ਪਾਣੀ ਦੇ ਨਾਲ ਐਕੁਆ ਮੀਨਸ ਵਾਟਰ ਸੋਨਾ ਮੀਨਸ ਹੀਟ ਪਾਣੀ ਦੇ ਨਾਲ ਭਾਫ ਦੇ ਨਾਲ ਟ੍ਰੀਟਮੈਂਟ ਕਰਨਾ ਕਿਸੇ ਵੀ ਚੀਜ਼ ਦਾ ਮੀਨਸ ਹੇਅਰ ਦਾ ਨੇਲਸ ਦਾ ਜਾਂ ਬੋਡੀ ਦਾ ਟ੍ਰੀਟਮੈਂਟ ਕਰਨਾ ਉਸਨੂੰ ਸਪਾ ਬੋਲਿਆ ਜਾਂਦਾ ਸੋਨਾ ਪਰ ਐਕੁਆ ਸੋ ਜਦੋਂ ਵਾਲਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਜਦੋਂ ਕਿਸੇ ਦੇ ਵਾਲ ਬਹੁਤ ਜ਼ਿਆਦਾ ਡਰਾਈ ਹੋਣ ਓਇਲੀ ਹੋਣ ਬ੍ਰਿਟਲ ਹੋਣ ਫੋਲਿੰਗ ਹੇਅਰ ਦੀ ਪ੍ਰੋਬਲਮ ਹੋਵੇ ਡੈਂਡਰਫ ਦੀ ਪ੍ਰੋਬਲਮ ਹੋਵੇ ਜਾਂ ਸਕਿਨ ਪੈਚਿਸ ਦੀ ਪ੍ਰੋਬਲਮ ਹੋਵੇ ਜਾਂ ਵਾਲਾਂ ਦੀ ਜਾਂ ਸਕੈਲਪ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਅੱਜ ਕੱਲ੍ਹ ਲੋਕ ਸਪਾ ਕਰਾਉਣਾ ਪਸੰਦ ਕਰਦੇ ਹੈ ਸਪਾ ਦੇ ਵਿੱਚ ਮੇਨਲੀ ਕੀ ਹੁੰਦਾ ਹੈ ਡੀਪ ਕੰਡੀਸ਼ਨਿੰਗ ਹੁੰਦੀ ਹੈ ਵਾਲਾਂ ਨੂੰ ਸ਼ੈਂਪੂ ਕੀਤਾ ਜਾਂਦਾ ਹੈ ਸ਼ੈਂਪੂ ਕਰਨ ਤੋਂ ਬਾਅਦ ਸਪਾ ਕਰੀਮ ਵਾਲਾਂ ਦੇ ਉੱਤੇ ਅਪਲਾਈ ਕੀਤੀ ਜਾਂਦੀ ਹੈ ਇਹ ਰੂਟਸ ਦੇ ਉੱਤੇ ਤਾਂ ਅਪਲਾਈ ਕੀਤੀ ਜਾਂਦੀ ਹੈ ਨਾਲ ਦੀ ਨਾਲ ਪੂਰੀ ਤਰ੍ਹਾਂ ਹੇਅਰ ਸ਼ਾਫਟ 'ਤੇ ਵੀ ਹੇਅਰ ਸ਼ਾਫਟ ਮਤਲਬ ਵਾਲਾਂ 'ਤੇ ਵੀ ਪੂਰੀ ਅਪਲਾਈ ਕੀਤੀ ਜਾਂਦੀ ਹੈ ਤਾਂ ਕਿ ਅੱਛੇ ਤਰੀਕੇ ਨਾਲ ਇਮਲਸੀਫਾਈ ਕੀਤਾ ਜਾਂਦਾ ਹੈ ਉਸਨੂੰ ਤਾਂ ਕਿ ਜਿਹੜੀ ਕਰੀਮ ਅਸੀਂ ਅਪਲਾਈ ਕਰ ਰਹੇ ਹਾਂ ਉਹ ਵਾਲਾਂ ਦੀ ਅੰਦਰਲੀ ਲੇਅਰ ਕੋਟੈਕਸ ਤੱਕ ਚੰਗੀ ਤਰ੍ਹਾਂ ਪਹੁੰਚ ਜਾਵੇ ਅਤੇ ਆਪਣਾ ਇਫੈਕਟ ਦੇਵੇ ਅੱਛਾ ਇਫੈਕਟ ਪੇਸ਼ ਕਰੇ ਉਸ ਜਦੋਂ ਵਾਲ ਇਸ ਦੇ ਨਾਲ ਕੀ ਹੈ ਇੱਕ ਤਾਂ ਵਾਲ ਬੜੇ ਅੱਛੇ ਸ਼ਾਈਨੀ ਮਜ਼ਬੂਤ ਬਣਦੇ ਹੈ ਨੰਬਰ 2 ਇਸ ਦੇ ਵਿੱਚ ਜਿਹੜੇ ਹੈ ਕੁਛ ਟ੍ਰੀਟਮੈਂਟਸ ਸਪਾ ਦੇ ਨਾਲ ਵਾਲਾਂ ਦੇ ਵੀ ਕੀਤੇ ਜਾਂਦੇ ਹੈ ਉਹ ਇਸ ਤਰ੍ਹਾਂ ਕੀਤੇ ਜਾਂਦੇ ਹੈ ਮਤਲਬ ਮੰਨ ਲਓ ਤੁਹਾਨੂੰ ਸਕੈਲਪ ਦੀ ਜਾਂ ਕਲਾਇੰਟ ਨੂੰ ਸਕੈਲਪ ਦੀ ਜਾਂ ਵਾਲਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਇੰਪਿਊਲਸ ਜੋ ਕਿ ਡਿਫਰੈਂਟ ਟ੍ਰੀਟਮੈਂਟਸ ਨਾਲ ਰਿਲੇਟਡ ਹੁੰਦੇ ਹੈ ਉਹ ਉਸ ਸਪਾ ਕਰੀਮ ਦੇ ਵਿੱਚ ਮਿਕਸ ਕੀਤੇ ਜਾਂਦੇ ਹੈ ਅਤੇ ਉਹਨਾਂ ਦੀ ਮਸਾਜ ਜਿਹੜੀ ਹੈ ਰੂਟਸ ਦੇ ਵਿੱਚ ਅਤੇ ਵਾਲਾਂ ਦੇ ਉੱਤੇ ਕੀਤੀ ਜਾਂਦੀ ਹੈ ਉਸ ਦੇ ਨਾਲ ਕਲਾਇੰਟ ਨੂੰ ਪੂਰੀ ਤਰ੍ਹਾਂ ਰਿਲੈਕਸ ਕੀਤਾ ਜਾਂਦਾ ਹੈ ਮਸਾਜ ਕਰਕੇ ਉਹਦੇ ਲਈ ਇੱਕ ਅਲੱਗ ਐਂਬੀਅੰਸ ਤਿਆਰ ਕੀਤਾ ਜਾਂਦਾ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਂਦਾ ਐਰੋਮਾ ਓਇਲਸ ਦੀ ਫਰੈਗਰੈਂਸ ਜਿਹੜੀ ਹੈ ਸੈਲੂਨ ਦੇ ਵਿੱਚ ਸਪਾ ਕੋਰਨਰ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਕਲਾਇੰਟ ਨੂੰ ਇੱਕ ਅਲੱਗ ਇੱਕ ਨਵਾਂ ਐਕਸਪੀਰੀਅੰਸ ਹੋਵੇ ਔਰ ਇਸ ਟ੍ਰੀਟਮੈਂਟ ਦੇ ਵਿੱਚ ਤਕਰੀਬਨ 1.5 ਘੰਟੇ ਤੋਂ ਲੈ ਕੇ 2 ਘੰਟੇ ਤੱਕ ਦਾ ਟਾਈਮ ਲੱਗਦਾ ਔਰ ਕਲਾਇੰਟ ਜਿਹੜਾ ਹੈ ਪੂਰਾ ਰਿਲੈਕਸ ਹੋ ਕੇ ਪੂਰਾ ਆਰਾਮ ਲੈ ਕੇ ਜਾਂਦਾ ਔਰ ਇਸ ਦੀ ਪੂਰੀ ਕੋਸਟ ਜਿਹੜੀ ਹੈਗੀ ਉਹ ਦੇ ਕੇ ਵੀ ਜਾਂਦਾ ਅੱਜ ਕੱਲ੍ਹ ਸੈਲੂਨਸ ਦੇ ਵਿੱਚ ਪਾਰਲਰਸ ਦੇ ਵਿੱਚ ਸਪਾ ਦੀ ਕੋਸਟ 800 ਰੁਪਏ ਤੋਂ ਸ਼ੁਰੂ ਹੋ ਕੇ 2500 ਰੁਪਏ ਤੱਕ ਹੈਗੀ ਹੈ ਔਰ ਜਿਹੜੇ ਟ੍ਰੀਟਮੈਂਟਸ ਕੀਤੇ ਜਾਂਦੇ ਆ ਉਹਦੇ ਨਾਲ ਕਈ ਵਾਰੀ 3000 ਤੱਕ ਵੀ ਜਿਹੜੀ ਕੋਸਟ ਜਿਹੜੀ ਵਸੂਲ ਕੀਤੀ ਜਾਂਦੀ ਹੈ ਕਲਾਇੰਟ ਤੋਂ ਔਰ ਕਲਾਇੰਟ ਜਿਹੜੇ ਹੈਗੇ ਆਸਾਨੀ ਦੇ ਨਾਲ ਇਹ ਕੋਸਟ ਪੇ ਕਰਕੇ ਜਾਂਦੇ ਆ ਹੇਅਰ ਟ੍ਰੀਟਮੈਂਟਸ ਵੀ ਕਈ ਤਰੀਕੇ ਨਾਲ ਦਿੱਤੇ ਜਾਂਦੇ ਆ ਡਿਫਰੈਂਟ ਇੰਪਿਊਲਸ ਡਿਫਰੈਂਟ ਮੈਡੀਸਨਸ ਯੂਜ਼ ਕਰਕੇ ਜਿਹੜੀਆਂ ਕਿ ਸੈਲੂਨਸ ਦੇ ਲਈ ਸਪੈਸ਼ਲੀ ਬਣੀਆਂ ਹੁੰਦੀਆਂ ਪ੍ਰੋਫੈਸ਼ਨਲ ਪ੍ਰੋਡਕਟਸ ਹੁੰਦੇ ਆ ਉਹ ਕਲਾਇੰਟ ਨੂੰ ਇਹ ਸਰਵਿਸਿਜ਼ ਦੇ ਕੇ ਹੇਅਰ ਟ੍ਰੀਟਮੈਂਟਸ ਕੀਤੇ ਜਾਂਦੇ ਆ ਔਰ ਇਹਨਾਂ ਦੀ ਕੋਸਟ ਵੀ 1000 ਰੁਪੀਸ ਤੋਂ ਲੈ ਕੇ 5000 ਰੁਪੀਸ ਤੱਕ ਜਾਂਦੀ ਹੈ ਇਸ ਤੋਂ ਬਾਅਦ ਗੱਲ ਆਉਂਦੀ ਹੈ ਹੇਅਰ ਕਟਿੰਗਸ ਦੀ ਔਰ ਅੱਜ ਕੱਲ੍ਹ ਤਾਂ ਮੇਨ ਟ੍ਰੈਂਡ ਹੈ ਹੀ ਹੇਅਰ ਕਟਿੰਗਸ ਦਾ ਅੱਜ ਕੱਲ੍ਹ ਤਾਂ ਲੰਬੇ ਵਾਲਾਂ ਨੂੰ ਕੋਈ ਪਸੰਦ ਹੀ ਨਹੀਂ ਕਰਦਾ ਜੇ ਪਸੰਦ ਵੀ ਕਰਦਾ ਤਾਂ ਉਹ ਅੱਛੇ ਸ਼ੇਪ ਦੇ ਵਿੱਚ ਕੱਟੇ ਹੋਣੇ ਚਾਹੀਦੇ ਆ ਅਤੇ ਸ਼ੇਪ ਦੇ ਵਿੱਚ ਬਣੇ ਹੋਣੇ ਚਾਹੀਦੇ ਆ ਸੋ ਇਸ ਦੇ ਲਈ ਜ਼ਰੂਰਤ ਪੈਂਦੀ ਹੈ ਹੇਅਰ ਕਟਿੰਗ ਦੀ ਔਰ ਹੇਅਰ ਕਟਿੰਗ ਸੈਲੂਨਸ ਦੇ ਵੀ
ਦੀ ਜਦੋਂ ਹੇਅਰ ਕਟਿੰਗ ਸਲੋਨਸ ਦੇ ਵਿੱਚ ਕਲਾਇੰਟ ਆਉਂਦੇ ਆ ਤਾਂ ਉਹ ਹੇਅਰ ਸਪੈਸ਼ਲਿਸਟ ਹੇਅਰ ਸਟਾਈਲਿਸਟ ਜਿਹੜੇ ਆ ਆਪਣੇ ਟੂਲਸ ਦੇ ਨਾਲ ਔਰ ਆਪਣੇ ਹੁਨਰ ਨੂੰ ਯੂਜ਼ ਕਰਕੇ ਆਪਣੇ ਸਕਿੱਲਸ ਨੂੰ ਯੂਜ਼ ਕਰਕੇ ਵਾਲਾਂ ਨੂੰ ਡਿਫਰੈਂਟ ਡਿਫਰੈਂਟ ਸ਼ੇਪ ਦੇ ਵਿੱਚ ਜੋ ਕਲਾਇੰਟ ਦੀ ਦੇ ਅਕੋਰਡਿੰਗ ਹੁੰਦੇ ਆ ਕਲਾਇੰਟ ਦੇ ਇੰਟਰਸਟ ਦੇ ਅਕੋਰਡਿੰਗ ਹੁੰਦੇ ਆ ਉਸ ਸ਼ੇਪ ਦੇ ਵਿੱਚ ਵਾਲਾਂ ਨੂੰ ਅੱਛੀ ਤਰ੍ਹਾਂ ਕੱਟਦੇ ਆ ਅਤੇ ਗਲੋ ਡਰਾਈ ਕਰਦੇ ਆ। ਇਹ ਸਰਵਿਸਿਸ ਦੀ ਕੋਸਟ ਵੀ ਲੇਡੀਜ਼ ਅਤੇ ਜੈਂਟਸ ਦੀ ਅਲੱਗ ਅਲੱਗ ਹੁੰਦੀ ਹੈ ਸਲੋਨਸ ਦੇ ਵਿੱਚ ਔਰ ਹੇਅਰ ਕਟਿੰਗ ਚਾਰਜਿਸ ਮੇਨਲੀ 250 ਰੁਪਏ ਤੋਂ ਲੈ ਕੇ 600 ਰੁਪਏ ਤੱਕ ਵਸੂਲ ਕੀਤੇ ਜਾਂਦੇ ਹੈ। ਇਹ ਸਰਵਿਸਿਸ ਦੀ ਕੋਸਟ ਹੈ। ਉਸ ਤੋਂ ਇਲਾਵਾ ਹੇਅਰ ਸਟਾਈਲਿੰਗ ਵਾਲਾ ਉਹਨੂੰ ਡਿਫਰੈਂਟ ਡਿਫਰੈਂਟ ਸਟਾਈਲ ਦੇ ਵਿੱਚ ਤਿਆਰ ਕਰਨ ਨੂੰ ਹੇਅਰ ਸਟਾਈਲਿੰਗ ਕਿਹਾ ਜਾਂਦਾ ਹੈ। ਇਸ ਦੇ ਵਿੱਚ ਅੱਛੇ ਅੱਛੇ ਜੂੜਾ ਸਟਾਈਲਸ ਤੋਂ ਲੈ ਕੇ ਵਾਲਾਂ ਨੂੰ ਬੜੇ ਡਿਫਰੈਂਟ ਡਿਫਰੈਂਟ ਬੰਸ ਦੇ ਵਿੱਚ ਬਣਾਉਣ ਤੋਂ ਲੈ ਕੇ ਬਲੋ ਡਰਾਇੰਗ ਤੱਕ ਆ ਜਾਂਦਾ ਔਰ ਇਸ ਦੀ ਕੋਸਟ ਵੀ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਵਸੂਲ ਕੀਤੀ ਜਾਂਦੀ ਹੈ। ਅਗਲੀ ਜਿਹੜੀ ਮੇਨ ਸਰਵਿਸ ਹਰ ਸਲੋਨ ਦੇ ਵਿੱਚ ਹੁੰਦੀ ਹੈ ਉਹ ਹੈ ਸ਼ੈਂਪੂਇੰਗ ਐਂਡ ਕੰਡੀਸ਼ਨਿੰਗ। ਸਪੈਸ਼ਲੀ ਸ਼ੈਂਪੂਇੰਗ ਐਂਡ ਕੰਡੀਸ਼ਨਿੰਗ ਦੀ ਸਰਵਿਸ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਵੀ ਕੋਈ ਕਲਾਇੰਟ ਹੋਰ ਸਰਵਿਸਿਸ ਲੈਣ ਜਿਵੇਂ ਕਲਰਿੰਗ ਕਰਨ ਲਈ, ਰਿਬੋਂਡਿੰਗ ਲਈ, ਸਮੂਦਨਿੰਗ ਲਈ, ਪਰਮਿੰਗ ਦੇ ਲਈ ਜਾਂ ਹੇਅਰ ਸਪਾ ਲੈਣ ਲਈ ਸਲੋਨ ਦੇ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਉਸ ਫਸਟ ਸਟੈਪ ਉਸਨੂੰ ਪ੍ਰੋਵਾਈਡ ਕੀਤਾ ਜਾਂਦਾ ਸਰਵਿਸ ਦਾ ਉਹ ਹੈ ਸ਼ੈਂਪੂਇੰਗ ਐਂਡ ਕੰਡੀਸ਼ਨਿੰਗ। ਇਹ ਮੇਨ ਸਰਵਿਸ ਹੈ ਸਲੋਨ ਦੇ ਵਿੱਚ ਔਰ ਹਰ ਇੱਕ ਹੇਅਰ ਸਟਾਈਲਿਸਟ ਨੂੰ ਹਰ ਇੱਕ ਟੈਕਨੀਸ਼ੀਅਨ ਨੂੰ ਇਸ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਔਰ ਕਲਾਇੰਟਸ ਨੂੰ ਵੀ ਇਸ ਦੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਵੀ ਉਹ ਸ਼ੈਂਪੂ ਜਾਂ ਕੰਡੀਸ਼ਨਰ ਸਲੋਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਉਹ ਕਲਾਇੰਟ ਉਹਨਾਂ ਨੂੰ ਉਸਦੇ ਬਾਰੇ ਜਾਣਕਾਰੀ ਰੱਖੇ ਤਾਂ ਕਿ ਇਹ ਜ਼ਰੂਰੀ ਨਹੀਂ ਕਿ ਓਇਲੀ ਹੇਅਰ ਅਤੇ ਡਰਾਈ ਹੇਅਰ ਦੇ ਵਿੱਚ ਜੋ ਹੈ ਡਿਫਰੈਂਟ ਡਿਫਰੈਂਟ ਪ੍ਰੋਡਕਟਸ ਉਹਨਾਂ ਦੀ ਜਾਣਕਾਰੀ ਕਲਾਇੰਟ ਨੂੰ ਹੋਵੇ। ਇਹ ਨਾ ਹੋਵੇ ਕਿ ਓਇਲੀ ਹੇਅਰ ਲਈ ਜਿਹੜੇ ਸ਼ੈਂਪੂਸ ਹੁੰਦੇ ਆ ਉਹ ਡਰਾਈ ਹੇਅਰ 'ਤੇ ਯੂਜ਼ ਕੀਤੇ ਜਾਣ ਔਰ ਡਰਾਈ ਹੇਅਰਸ ਲਈ ਜਿਹੜੇ ਸ਼ੈਂਪੂ ਆ ਉਹ ਓਇਲੀ ਹੇਅਰ 'ਤੇ ਯੂਜ਼ ਕੀਤੇ ਜਾਣ। ਔਰ ਇੱਕ ਸਲੋਨ ਓਨਰ ਦੇ ਲਈ ਔਰ ਸਪੈਸ਼ਲੀ ਸਲੋਨ ਮੈਨੇਜਰ ਦੇ ਲਈ ਇਹ ਗੱਲਾਂ ਦਾ ਤਾਂ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਜਿਹੜੇ ਵੀ ਪ੍ਰੋਡਕਟਸ ਕਲਾਇੰਟ ਨੂੰ ਸਪਲਾਈ ਕੀਤੇ ਜਾ ਰਹੇ ਆ ਕਲਾਇੰਟਸ ਦੇ ਉੱਤੇ ਯੂਜ਼ ਕੀਤੇ ਜਾ ਰਹੇ ਆ ਉਹਦੇ ਵਿੱਚ ਇਹਨਾਂ ਖਾਸ ਇਹ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ। ਔਰ ਅਗਲੀ ਸਰਵਿਸ ਜਿਹੜੀ ਹੈ ਉਹ ਹੈ ਹੇਅਰ ਟ੍ਰੀਟਮੈਂਟਸ ਦੀ। ਹੇਅਰ ਟ੍ਰੀਟਮੈਂਟਸ ਬਾਰੇ ਅਸੀਂ ਗੱਲ ਕਰ ਹੀ ਚੁੱਕੇ ਹਾਂ ਕਿ ਜਦੋਂ ਵਾਲਾਂ ਦੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਠੀਕ ਕਰਨ ਦੇ ਲਈ, ਉਹਨਾਂ ਨੂੰ ਸਹੀ ਕਰਨ ਦੇ ਲਈ ਜਿਹੜੇ ਟ੍ਰੀਟਮੈਂਟਸ ਸਲੋਨ ਦੇ ਵਿੱਚ ਪ੍ਰੋਵਾਈਡ ਕੀਤੇ ਜਾਂਦੇ ਆ ਸਿਟਿੰਗਸ ਦੇ ਵਿੱਚ, ਕਈ ਸਿਟਿੰਗਸ ਦੇ ਵਿੱਚ ਇਹ ਟ੍ਰੀਟਮੈਂਟਸ ਕੀਤੇ ਜਾਂਦੇ ਆ। ਅਗਲੀ ਜਿਹੜੀ ਟ੍ਰੀਟਮੈਂਟ ਹੈ, ਅਗਲੀ ਜਿਹੜੀ ਸਰਵਿਸ ਸਲੋਨਸ ਦੇ ਉੱਪਰ ਵਿੱਚ ਮੇਨ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ ਹੈ ਹੇਅਰ ਕਲਰਿੰਗ। ਅੱਜ ਕੱਲ੍ਹ ਹੇਅਰ ਕਲਰਿੰਗ ਦਾ ਪ੍ਰਚਲਨ ਬਹੁਤ ਜ਼ਿਆਦਾ ਟ੍ਰੈਂਡ ਹੈ, ਫੈਸ਼ਨ ਕਲਰਸ ਦਾ ਵੀ ਅਤੇ ਗਲੋਬਲ ਕਲਰਸ ਦਾ ਵੀ, ਕਿਉਂਕਿ ਅੱਜ ਕੱਲ੍ਹ ਦਾ ਇਨਵਾਇਰਮੈਂਟ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਹਰ ਇੱਕ ਇਨਸਾਨ ਦੇ ਵਿੱਚ ਜਿਹੜੀ ਗ੍ਰੇ ਹੇਅਰ ਦੀ ਗਰੋਥ ਹੈ ਉਹ ਬੜੀ ਜਲਦੀ ਸ਼ੁਰੂ ਹੋ ਜਾਂਦੀ ਹੈ ਔਰ ਬੜੀ ਅਰਲੀ ਏਜਿਸ ਦੇ ਵਿੱਚ, ਅਰਲੀ ਈਅਰਸ ਦੇ ਵਿੱਚ ਹੀ ਕਲਰਿੰਗ ਦਾ ਯੂਜ਼ ਕਰਨਾ ਪੈਂਦਾ ਹੈ, ਕਿਉਂਕਿ ਅੱਜ ਕੱਲ੍ਹ ਮਹਿੰਦੀ ਦਾ ਪ੍ਰਚਲਨ ਵਾਲਾਂ ਦੇ ਉੱਤੇ ਕਾਫੀ ਘੱਟ ਗਿਆ ਅਤੇ ਹੇਅਰ ਕਲਰਿੰਗ ਦਾ ਕਾਫੀ ਵੱਧ ਗਿਆ। ਔਰ ਹੇਅਰ ਕਲਰਸ ਹਮੇਸ਼ਾ ਅੱਛੀ ਕੁਆਲਿਟੀ ਦੇ ਹੀ ਯੂਜ਼ ਕਰਨੇ ਚਾਹੀਦੇ ਹੈ, ਸਲੋਨਸ ਦੇ ਵਿੱਚ ਅਵੇਲੇਬਲ ਹੋਣੇ ਚਾਹੀਦੇ ਆ। ਹਰ ਕਈ ਅੱਛੇ ਅੱਛੇ ਲੀਡਿੰਗ ਬ੍ਰਾਂਡਸ ਹੈ ਉਹਨਾਂ ਦੇ ਹੇਅਰ ਕਲਰਸ ਸਲੋਨਸ ਦੇ ਵਿੱਚ ਅਵੇਲੇਬਲ ਹੋਣ ਔਰ ਕਲਾਇੰਟਸ ਜਿਹੜੇ ਹੈਗੇ ਆ ਹੇਅਰ ਕਲਰਿੰਗ ਕਰਵਾਉਣ ਦੇ ਲਈ ਈਵਨ ਰੂਟ ਟੱਚਅਪ ਅਤੇ ਗਲੋਬਲ ਕਲਰਸ ਦੇ ਲਈ ਤਾਂ ਮੋਸਟਲੀ ਹਰ ਮਹੀਨੇ ਵਿਜ਼ਿਟ ਕਰਦੇ ਹੀ ਕਰਦੇ ਆ। ਇਸ ਤੋਂ ਇਲਾਵਾ ਯੰਗ ਜਨਰੇਸ਼ਨਸ ਦੇ ਵਿੱਚ ਜੋ ਟ੍ਰੈਂਡ ਹੈ ਉਹ ਹੈ ਫੈਸ਼ਨ ਕਲਰਸ ਦਾ, ਅਲੱਗ ਅਲੱਗ ਸ਼ੇਡਸ ਦੇ ਅਲੱਗ ਅਲੱਗ ਕਲਰਸ ਦੇ ਜਿਹੜੇ ਹੇਅਰ ਹੈ ਉਹਨਾਂ ਦਾ ਟ੍ਰੈਂਡ ਕਾਫੀ ਜ਼ਿਆਦਾ ਹੈ। ਮੇਨਲੀ ਕਲਰਸ ਯੂਜ਼ ਹੋ ਰਹੇ ਹਾਂ ਬਰਗੰਡੀ, ਬਰਾਊਨ, ਗੋਲਡਨ, ਸਿਲਵਰ, ਬਲੂ ਐਂਡ ਗ੍ਰੀਨ ਸਲੋਨਸ ਦੇ ਵਿੱਚ ਸਰਵਿਸਿਸ ਇਹ ਪ੍ਰੋਵਾਈਡ ਕੀਤੇ ਜਾਂਦੇ ਔਰ ਇਹ ਬਹੁਤ ਕੋਸਟਲੀ ਸਰਵਿਸਿਸ ਹੁੰਦੀਆਂ ਔਰ ਪਰ ਸਟ੍ਰੀਕ ਪਰ ਲੇਅਰ ਇਸ ਦੀ ਕੋਸਟ ਵਸੂਲ ਕੀਤੀ ਜਾਂਦੀ ਹੈ ਸਲੋਨਸ ਦੇ ਵਿੱਚ ਔਰ ਇਹਨਾਂ ਦੀ ਕੋਸਟ 300 ਪਰ ਸਟ੍ਰੀਕ ਤੋਂ ਲੈ ਕੇ 500 ਪਰ ਸਟ੍ਰੀਕ ਤੱਕ ਜਾਂਦੀ ਹੈ ਔਰ ਗਲੋਬਲ ਕਲਰਸ ਦੀ ਕੋਸਟਿੰਗ 800 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਹੈ। ਇਸ ਤੋਂ ਬਾਅਦ ਜਿਹੜੀ ਮੇਨ ਟ੍ਰੀਟਮੈਂਟ ਹੈ ਹੇਅਰ ਦੇ ਵਿੱਚ ਉਹ ਹੈ ਪਰਮਿੰਗ ਔਰ ਕਲਰਿੰਗ। ਵਾਲਾਂ ਨੂੰ ਕਲਰ ਕਰਲ ਕਰਨ ਦਾ, ਪਰਮਾਨੈਂਟ ਪਰਮਿੰਗ ਕਰਨ ਦਾ ਜਿਹੜਾ ਤਰੀਕਾ ਹੈ ਉਸਨੂੰ ਪਰਮਿੰਗ ਕਿਹਾ ਜਾਂਦਾ ਔਰ ਇਹ ਇਸਦਾ ਟ੍ਰੈਂਡ ਅੱਜ ਕੱਲ੍ਹ ਨੌਰਥ ਦੇ ਵਿੱਚ ਥੋੜ੍ਹਾ ਘੱਟ ਹੈ ਬਟ ਵੈਸਟਰਨ ਦੇ ਵਿੱਚ ਬਹੁਤ ਜ਼ਿਆਦਾ ਹੈ
क्योंकि नॉर्थ के साढ़े इधर पंजाब वाली साइड जोड़े है लोग ज़्यादा रिबॉन्डिंग वाल ध्यान दे रहे हैं, वालों को स्ट्रेट करने वाल ध्यान दे रहे हैं। सो परमिंग का जोड़ा जी सर्विस है वह भी बहुत कॉस्टली है और ट्रेंड के बहुत मॉडर्न लोगों के ट्रेंड अजक थोड़ा ज़्यादा है, पर आम पब्लिक के परमिंग का ट्रेंड हजे इन्ना नहीं है। नैक्सट सर्विस आती है जी कि बहुत पॉपूलर है वो है रिबॉन्डिंग और स्मूथनिंग, यानी कि परमानेंट स्ट्रेटनिंग। ये बहुत ही ज़्यादा ट्रेंडी सर्विस है जो अजकल सलून के हो रही है और इसकी कॉस्ट 4,000 तो लैके लेंथ वाइज जो वालों की लेंथ के अकॉर्डिंग है 10,000 to 12,000 तक जा रही है एक सर्विस की। कि यह सर्विस करन दे विच घट्टो घट 6 घंटे लगते हैं और 6 hours की कॉस्ट जी है वह 4,000 तो लैके 10,000 तक वसूल की जाती है क्लाइंट को, और क्लाइंट ईजीली इनू पे करता है बशर्ते कि उसका रिजल्ट बहुत अच्छा आवे, क्योंकि क्लाइंट ने भी इन्ने पैसे खर्च करने होंगे और एक तरह की पनिशमेंट होंगी है कि 8-10 घंटे एक जगह पर बैठ के सर्विस लेना। इसलिए अच्छे टेक्निकल स्टाफ, एक अच्छा टेक्निकल स्टाफ जोड़ा है पूरी अपनी एफिशियंसी के नाल एक सर्विस प्रोवाइड कर। और उस तो बाद है कैराटीन ट्रीटमेंट। कैराटीन एक तरह की प्रोटीन होंगी है और इस दे नाल की है यह कुछ कैमिकल्स भी मिक्स होंगे, ये भी वालों स्ट्रेट किया जाता है तो इस दे नाल स्ट्रेट किते वाल 5 to 6 months तक स्ट्रेट रहते हैं और रिबॉन्डिंग या स्मूदनिंग दे विच स्ट्रेट किते वाल 7 to 8 months तक स्ट्रेट रहते हैं, बशर्ते कि जो नवी जड़ी ग्रोथ आ रही है वह नैचुरल आएगी और जेडे ट्रीटमेंट किते हुए हैं वह उदों तक स्ट्रेट ही रहते हैं जो तक नवी ग्रोथ पूरी नहीं आ जाती। उस तो बाद है जी हेयर एक्सटेंशन। हेयर एक्सटेंशन दे विच है कि डिफरेंट डिफरेंट टाइप्स दी एक्सटेंशनस जड़ियाँ हैं हेयर दे विच अटैच कीतियां जांदियां ने और इन्हां दी कॉस्ट भी बहुत ज़्यादा है, पर 2,000 तो लैके 10,000 तक पर एक्सटेंशन कॉस्ट है और डिफरेंट डिफरेंट शेड्स दी एक्सटेंशन जड़ियाँ ने लोगों वालों अटैच कराइया जांदियां।